हाजिर हाँ दोस्तों, तुहाडे सन्मुख श्री राम स्वरूप अणखी की लिखी हुई कहानी है साइकल दौड़। उस दिन दुध देण वालियां दी हड़ताल सी, पर हाकम सिंह फिर भी शहर आया। उन्हूं पैसों की लोड़ सी। छोटे भाई ने खाद दियां बोरियां चुकनियां सन। नरमे लई हुण खाद की वत्त सी। होटल वालियां दा अज दा वादा सी, वह कई सन। खैर दो होटलों ने हिसाब तो वध पैसे दे दिते ते उहदा डंग सर गया। उस दिन साइकल दे कैरियर उत्ते टोल नहीं सन। पुरानी ट्यूब दा सुड़का जिहा मारिया होया सी। बस टोलां बगैर साइकल सड़क उत्ते इउं तुर रिहा सी जिवें टोबे दे पाणी उत्ते कातरी चलदी होवे। ਉਹ ਉਂਝ ਵੀ ਤਾਂ ਸਾਈਕਲ ਉੱਤੇ ਹੱਥ ਫਿਰਾ ਕੇ ਰੱਖਦਾ। ਸਾਈਕਲ ਹਮੇਸ਼ਾ ਹੀ ਨਵਾਂ ਨਰੋਆ ਰਹਿੰਦਾ। ਮਜ਼ਾਲ ਹੈ ਕੋਈ ਪੁਰਜਾ ਭੋਰਾ ਵੀ ਖੜਕਾ ਕਰਦਾ ਹੋਵੇ। ਮਜ਼ਾਲ ਹੈ ਭੋਰਾ ਵੀ ਜ਼ੋਰ ਲੱਗਦਾ ਹੋਵੇ। ਗਰਮੀ ਦੇ ਦਿਨਾਂ ਦੀ ਤੇਜ਼ ਧੁੱਪ, ਪਰ ਅਜੇ ਲੂ ਨਹੀਂ ਵਗਣ ਲੱਗੀ ਸੀ। ਦੁਪਹਿਰ ਪਿੱਛੋਂ ਤਾਂ ਪੱਠ ਤਪਦਾ ਸੀ। ਲੋਕ ਬਾਰਿਸ਼ਾਂ ਦੀ ਉਡੀਕ ਵਿੱਚ ਸਨ, ਪਰ ਮੌਨਸੂਨ ਹਵਾਵਾਂ ਦੀ ਖਬਰ ਅਜੇ ਕਿਧਰੇ ਸੁਣੀ ਨਹੀਂ ਸੀ। ਉਹ ਰੇਲਵੇ ਫਾਟਕ ਵਾਲੇ ਪੰਪ ਉੱਤੇ ਪਾਣੀ ਪੀਣ ਲਈ ਸਾਈਕਲ ਤੋਂ ਉਤਰਿਆ। ਫਾਟਕ ਕੋਲ ਦੀ ਕੱਸੀ ਵਗਦੀ ਹੋਣ ਕਰਕੇ ਪੰਪ ਦਾ ਪਾਣੀ ਬਹੁਤ ਠੰਡਾ ਸੀ, ਮਿੱਠਾ ਵੀ, ਦੰਦਾਂ ਨੂੰ ਠਾਰਦਾ ਅਤੇ ਜੀਭ ਉੱਤੇ ਸਵਾਦ ਦੀ ਡਲੀ ਧਰ ਦਿੰਦਾ। ਮੋਟਾ ਭਾਰਾ ਪੰਪ, ਪਾਣੀ ਦੀ ਧਾਰ ਇਉਂ ਡਿੱਗਦੀ ਜਿਵੇਂ ਮੋਗਾ ਖੁੱਲ੍ਹ ਜਾਂਦਾ ਹੋਵੇ। ਉਹਨੇ ਰੱਜ ਕੇ ਪਾਣੀ ਪੀਤਾ ਅਤੇ ਚੱਲ ਪਿਆ। ਉਹਨੇ ਆਪਣੀ ਇੱਕ ਅੱਖ ਦੀ ਲਸ਼ਕੋਰ ਜੀ ਮਾਰ ਕੇ ਦੇਖਿਆ। ਉਸ ਤੋਂ ਬਾਅਦ ਇੱਕ ਮੁੰਡਾ ਅਤੇ ਉਸ ਦੀ ਨਵੀਂ ਬਹੂ ਆਪਣਾ ਸਾਈਕਲ ਪਰਾਂ ਖੜਾ ਕੇ ਪੰਪ ਦਾ ਪਾਣੀ ਪੀਣ ਲਈ ਔਲੇ ਸਨ। ਸਾਈਕਲ ਉੱਤੇ ਚੜ੍ਹ ਕੇ ਵੀ ਉਹਨੇ ਗਰਦਨ ਭਵਾਈ ਸੀ। ਮੁੰਡਾ ਪੰਪ ਗੇੜ ਰਿਹਾ ਸੀ ਅਤੇ ਬਹੂ ਨੇ ਬੁੱਕ ਨੂੰ ਮੂੰਹ ਲਾ ਲਿਆ ਸੀ। ਹਾਕਮ ਸਿੰਘ ਆਪਣੇ ਰੋਂ ਵਿੱਚ ਸਾਈਕਲ ਚਲਾਉਂਦਾ ਜਾ ਰਿਹਾ ਸੀ। ਉਹਦੇ ਕੋਲੋਂ ਇੱਕ ਸਾਈਕਲ ਛੂਟ ਵੱਟ ਕੇ ਲੰਘ ਗਿਆ। ਉਹਨੇ ਦੇਖਿਆ ਇਹ ਤਾਂ ਉਹੀ ਨੇ ਜਿਹੜੇ ਫਾਟਕ 'ਤੇ ਪਾਣੀ ਪੀ ਰਹੇ ਸਨ। ਸਾਈਕਲ ਦੇ ਹੈਂਡਲ ਨਾਲ ਬੁਣਤੀਦਾਰ ਤਣੀਆਂ ਵਾਲਾ ਝੋਲਾ ਲਟਕ ਰਿਹਾ ਸੀ। ਬਹੂ ਕੈਰੀਅਰ ਉੱਤੇ ਬੈਠੀ ਹੋਈ, ਉਹਨੇ ਇੱਕ ਹੱਥ ਮੁੰਡੇ ਦੇ ਲੱਕ ਦੁਆਲੇ ਵਲਿਆ ਹੋਇਆ ਸੀ। ਉਹ ਹਾਕਮ ਸਿੰਘ ਵੱਲ ਝਾਕੀ ਵੀ ਸੀ ਜਿਵੇਂ ਖੁਸ਼ ਹੋਵੇ। ਤੇਜ਼ ਚੱਲਦੇ ਸਾਈਕਲ ਦਾ ਅਹਿਸਾਸ, ਪਤੀ ਦੇ ਜ਼ੋਰ ਉੱਤੇ ਫਖਰ ਅਤੇ ਦੂਜੇ ਸਾਈਕਲ ਨੂੰ ਕੱਟ ਜਾਣ ਦੀ ਜਿੱਤ ਦਾ ਜਸ਼ਨ। ਗਰਮੀ ਬੜੀ ਸੀ, ਪਾਣੀ ਪੀ ਕੇ ਵੀ ਲੱਗਦਾ ਜਿਵੇਂ ਪੀਤਾ ਹੀ ਨਾ ਹੋਵੇ। ਢਿੱਡ ਭਰਿਆ ਭਰਿਆ, ਬੁੱਲ ਸੁੱਕੇ ਸੁੱਕੇ। 4-4.5 ਮੀਲ ਲੰਘ ਕੇ ਕੈਂਚੀਆਂ ਆਈਆਂ। ਹੁਣ ਉਹ ਕੈਂਚੀਆਂ ਉੱਤੇ ਪਾਣੀ ਪੀ ਰਹੇ ਸਨ। ਪਾਣੀ ਪੀ ਕੇ ਉਹ ਦਮ ਲੈਣ ਲੱਗੇ। ਹਾਕਮ ਸਿੰਘ ਨੇ ਵੀ ਪਾਣੀ ਪੀਤਾ। ਉਹਦੀ ਇੱਕ ਅੱਖ ਦੀ ਲਸ਼ਕੋਰ ਫੇਰ ਦੋਵਾਂ ਨੂੰ ਤਾੜ ਗਈ। ਮਨ ਵਿੱਚ ਉਹ ਹੱਸਿਆ, ਦੇਖ ਸਾਲਾ ਟਿੱਡਾ ਜਿਹਾ ਆਪਣੀ ਜਾਨ 'ਚ ਪੜਵੱਲ ਬਣ ਗਿਆ। ਟੰਗੜੀਆਂ ਜਿਹੀਆਂ ਮਾਰ ਕੇ ਕਿਵੇਂ ਮੂਰਦੀ ਕੱਢ ਲਿਆਇਆ ਸਾਈਕਲ। ਹੁਣ ਤੁਰ ਪੁੱਤ, ਹੁਣ ਦੇਖੂ ਤੈਨੂੰ। ਹਾਕਮ ਸਿੰਘ ਦੀ ਉਮਰ 40 ਤੋਂ ਉੱਤੇ ਸੀ। ਉਹਨਾਂ ਕੋਲ ਜ਼ਮੀਨ ਥੋੜ੍ਹੀ ਸੀ। ਉਹ ਇੱਕ ਅੱਖੋਂ ਕਾਣਾ ਸੀ, ਉਹਨੂੰ ਤਾਂ ਸਾਕ ਨਾ ਹੋਇਆ, ਪਰ ਦੁੱਧ ਢੋਣ ਦੀ ਕਮਾਈ ਕਰਕੇ ਉਹਨੇ ਛੋਟੇ ਭਾਈ ਨੂੰ ਵਿਆਹ ਲਿਆ। ਛੋਟਾ ਆਗਿਆਕਾਰ ਸੀ। ਮਾਂ ਚਾਹੇ ਅਜੇ ਜਿਉਂਦੀ ਸੀ, ਪਰ ਹਾਕਮ ਛੋਟੇ ਦੇ ਚੁੱਲ੍ਹੇ ਉੱਤੇ ਹੀ ਸੀ। ਤੜਕੇ ਤੜਕੇ ਦੁੱਧ ਦਾ ਗੇੜਾ ਲਾਉਂਦਾ ਅਤੇ ਫਿਰ ਸ਼ਹਿਰੋਂ ਆ ਕੇ ਛੋਟੇ ਨਾਲ ਵਾਹੀ ਦਾ ਕੰਮ ਕਰਦਾ। ਉਹਨਾਂ ਨੇ ਥੋੜ੍ਹੀ ਜ਼ਮੀਨ ਗਹਿਣੇ ਵੀ ਲੈ ਰੱਖੀ ਸੀ। ਹਾਕਮ ਸਿੰਘ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ, ਕੰਮ ਨੂੰ ਵਾਣੀ ਪਾ ਦਿੰਦਾ। ਢੋਲਾਂ ਦੇ ਭਾਰ ਸਮੇਤ ਸਾਈਕਲ ਉਹਦੇ ਥੱਲੇ ਭੰਭੀਰੀ ਬਣ ਕੇ ਭੱਜਦਾ। ਅਤੇ ਅੱਜ ਢੋਲਾਂ ਬਗੈਰ ਸਾਈਕਲ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਸਾਈਕਲ ਖੰਭ ਹੋਣ 'ਤੇ ਉਹ ਹਵਾ ਮੁਹਾਰੇ ਆਪ ਆਕਾਸ਼ ਵਿੱਚ ਉੱਡ ਰਿਹਾ ਹੋਵੇ। ਕੈਂਚੀਆਂ ਤੋਂ 1/2 ਮੀਲ ਅੱਗੇ ਜਾ ਕੇ ਬਹੂ ਵਾਲੇ ਮੁੰਡੇ ਨੇ ਆਪਣਾ ਸਾਈਕਲ ਉਹਦੇ ਕੋਲੋਂ ਅੱਗੇ ਕੱਢਣਾ ਚਾਹਿਆ। ਉਹ ਬਹੁਤ ਜ਼ੋਰ ਲਾ ਰਿਹਾ ਸੀ, ਪਰ ਹਾਕਮ ਸਿੰਘ ਲਈ ਇਹ ਸਧਾਰਨ ਗੱਲ ਸੀ। ਉਹ ਮੁੰਡੇ ਦੇ ਨਾਲ ਨਾਲ ਚੱਲਦਾ ਗਿਆ, ਕਦੇ ਅੱਗੇ ਨਿਕਲ ਜਾਂਦਾ, ਕਦੇ ਪਿੱਛੇ ਰਹਿ ਜਾਂਦਾ।
ਜਿਵੇਂ ਉਹ ਮੁੰਡੇ ਦਾ ਜ਼ੋਰ ਜ਼ੋ ਰਿਹਾ ਹੋਵੇ। ਇੱਕ ਵਾਰ ਤਾਂ ਉਹਦਾ ਜੀ ਕੀਤਾ ਉਹ ਇੰਨਾ ਤੇਜ਼ ਭਜਾਵੇ ਸਾਈਕਲ ਕਿ ਮੁੰਡੇ ਤੋਂ ਮੀਲ ਦੋ ਮੀਲ ਅੱਗੇ ਲੰਘ ਜਾਵੇ, ਤਾਂ ਕਿ ਮੁੜ ਕੇ ਮੁੰਡੇ ਨੂੰ ਸਾਹਸ ਹੀ ਨਾ ਪਵੇ ਸਾਈਕਲ ਅੱਗੇ ਕੱਢਣ ਦਾ। ਉਸਦੇ ਮਨ ਅੰਦਰ ਮਜ਼ਾਕ ਦੀ ਲਹਿਰ ਜਿਹੀ ਵੀ ਉੱਠਦੀ। ਦੇਖ, ਮਗਰ ਬੈਠੀ ਕਾਟੋ ਵੀ ਐਂ ਸਮਝਦੀ ਹੈ ਜਿਵੇਂ ਦੁਨੀਆ 'ਚ ਉਹਦਾ ਮਰਦ ਹੀ ਸਭ ਤੋਂ ਬਲਵਾਨ ਹੈ। ਫਿਰ ਹਾਕਮ ਸਿੰਘ ਨੂੰ ਅਹਿਸਾਸ ਹੋਣ ਲੱਗਿਆ ਜਿਵੇਂ ਨਵਾਂ ਵਿਆਹਿਆ ਮੁੰਡਾ ਉਹਦਾ ਆਪਣਾ ਹੀ ਛੋਟਾ ਭਾਈ ਹੋਵੇ। ਉਹਦੇ ਮਨ ਵਿੱਚ ਇੱਕ ਰਹਿਮ ਜਿਹਾ ਪੈਦਾ ਹੋਣ ਲੱਗਿਆ। ਜੇ ਉਹਨੇ ਮੁੰਡੇ ਕੋਲੋਂ ਸਾਈਕਲ ਅੱਗੇ ਕੱਢ ਦਿੱਤਾ ਤਾਂ ਉਸ ਮੁੰਡੇ ਦੀ ਬਹੂ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਤੀਵੀਂ ਦੀਆਂ ਨਜ਼ਰਾਂ ਵਿੱਚ ਉਹ ਤਾਂ ਨਿਤਾਣਾ ਹੋ ਕੇ ਰਹਿ ਜਾਵੇਗਾ। ਕੀ ਕਦਰ ਰਹਿ ਜਾਵੇਗੀ ਬਹੂ ਦੀ ਨਿਗਾਹ ਵਿੱਚ ਆਪਣੇ ਪਤੀ ਦੇ ਮਰਦਾਊਪਨ ਦੀ? ਹਾਕਮ ਸਿੰਘ ਸੋਚਣ ਲੱਗਿਆ ਉਹਦੀ ਆਪਣੀ ਇਹ ਜਿੱਤ ਉਹਦੇ ਕਿਸ ਕੰਮ ਆਵੇਗੀ? ਮੁੰਡੇ ਦਾ ਨਾਸ ਹੋ ਜਾਏਗਾ। ਮੁੰਡੇ ਦੀ ਜਿੱਤ ਤਾਂ ਫਿਰ ਵੀ ਕੋਈ ਅਰਥ ਰੱਖਦੀ ਹੈ। ਉਹਨੂੰ ਮੁੰਡੇ ਉੱਤੇ ਤਰਸ ਆਉਣ ਲੱਗਿਆ। ਕੈਂਚੀਆਂ ਤੋਂ ਉਹ ਦੋ ਮੀਲ ਅੱਗੇ ਲੰਘ ਆਏ ਸਨ ਜਦੋਂ ਹਾਕਮ ਸਿੰਘ ਮੁੰਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਬਹੂ ਦਾ ਚਿਹਰਾ ਗੰਭੀਰ ਹੋ ਜਾਂਦਾ, ਉਹਦੇ ਲਈ ਜਿਵੇਂ ਕੋਈ ਇਹ ਅਣਹੋਣੀ ਵਾਪਰ ਰਹੀ ਹੋਵੇ। ਹਾਕਮ ਸਿੰਘ ਉਹਨਾਂ ਦੇ ਕਦੇ ਖੱਬੇ ਹੁੰਦਾ ਕਦੇ ਸੱਜੇ ਹੱਥ, ਪਰ ਬਹੂ ਦਾ ਮੂੰਹ ਹਾਕਮ ਸਿੰਘ ਵੱਲ ਹੀ ਰਹਿੰਦਾ। ਜਦੋਂ ਉਹ ਉਹਨਾਂ ਤੋਂ ਪਿੱਛੇ ਰਹਿ ਜਾਂਦਾ ਤਾਂ ਬਹੂ ਦੇ ਚਿਹਰੇ ਉੱਤੇ ਨੂਰਾਨੀ ਆ ਜਾਂਦੀ। ਉਹਦੀਆਂ ਅੱਖਾਂ ਹੱਸ ਰਹੀਆਂ ਹੁੰਦੀਆਂ, ਉਹ ਕੈਰੀਅਰ ਉੱਤੇ ਚੌੜੀ ਜਿਹੀ ਹੋ ਕੇ ਬੈਠੀ ਦਿਸਦੀ। ਮੁੰਡੇ ਦਾ ਦਮ ਤਾਂ ਦੇਖੀਏ ਕਿੰਨਾ ਕੁ ਹੈ। ਹਾਕਮ ਸਿੰਘ ਦੇ ਮਨ ਵਿੱਚ ਇੱਕ ਸ਼ਰਾਰਤ ਉੱਠੀ, ਪਰ ਮੁੰਡੇ ਦੇ ਮੱਥੇ ਉੱਤੇ ਮੁੜ ਕੇ ਦੀਆਂ ਕਣੀਆਂ ਦੇਖ ਕੇ ਉਹਨੇ ਅੰਦਾਜ਼ਾ ਲਾ ਲਿਆ ਕਿ ਦਮ ਤਾਂ ਮੁੰਡੇ ਦਾ ਨਿਕਲਿਆ ਹੀ ਸਮਝੋ, ਐਵੇਂ ਨਾ ਬਹੂ ਨੂੰ ਖਤਾਨਾ 'ਚ ਲੈ ਡਿੱਗੇ। ਰਾਹ ਵਿੱਚ ਉਹਨਾਂ ਨੂੰ ਦੋ ਬੱਸਾਂ ਮਿਲੀਆਂ ਸਨ, ਇੱਕ ਆਉਂਦੀ ਅਤੇ ਇੱਕ ਜਾਂਦੀ। ਟਰੱਕ ਤਾਂ ਕਈ ਲੰਘ ਗਏ ਸਨ ਇੱਧਰੋਂ ਵੀ ਅਤੇ ਉੱਧਰੋਂ ਵੀ। ਸੜਕ ਇੰਨੀ ਚੌੜੀ ਨਹੀਂ ਸੀ, ਕਈ ਵਾਰ ਦੋਵੇਂ ਸਾਈਕਲ ਕੱਚੇ ਉੱਤੇ ਚੱਲਣ ਲੱਗਦੇ ਅਤੇ ਫਿਰ ਹੁਣ ਸਾਹਮਣੇ ਸਾਫ਼ ਸੜਕ ਸੀ, ਮਗਰੋਂ ਵੀ ਕੁਝ ਨਹੀਂ ਸੀ ਆ ਰਿਹਾ। ਹਾਕਮ ਸਿੰਘ ਨੇ ਸਾਈਕਲ ਨੂੰ ਮੁੰਡੇ ਦੇ ਬਰਾਬਰ ਕਰ ਲਿਆ, ਆਪਣੇ ਮੱਥੇ ਉੱਤੋਂ ਝੂਠੀ ਮੁੱਠੀ ਦਾ ਮੁੜਕਾ ਪੂੰਝਿਆ। ਝੂਠੀ ਮੁੱਠੀ ਆਪਣਾ ਖੱਬਾ ਹੱਥ ਆਪਣੀ ਕਮਰ ਉੱਤੇ ਧਰ ਲਿਆ ਜਿਵੇਂ ਬਹੁਤ ਥੱਕ ਗਿਆ ਹੋਵੇ, ਅਤੇ ਫਿਰ ਉਹ ਝੁੱਕ ਕੇ ਸਾਈਕਲ ਚਲਾਉਣ ਲੱਗਿਆ ਜਿਵੇਂ ਸਾਰਾ ਜ਼ੋਰ ਲਾ ਰਿਹਾ ਹੋਵੇ। ਉਹਨੇ ਚੋਰ ਅੱਖ ਨਾਲ ਦੇਖਿਆ, ਤੀਵੀਂ ਮੁਸਕਰਾ ਰਹੀ ਸੀ। ਮੁੰਡੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਜਿਵੇਂ ਉਹ ਮਰ ਮਿਟੇਗਾ ਪਰ ਆਪਣੇ ਸਾਈਕਲ ਨੂੰ ਪਿੱਛੇ ਨਹੀਂ ਰਹਿਣ ਦੇਵੇਗਾ। ਹਾਕਮ ਸਿੰਘ ਹੌਲੀ ਹੌਲੀ ਪਿੱਛੇ ਰਹਿ ਗਿਆ। ਫਿਰ ਤਾਂ ਉਹਨੇ ਸਾਈਕਲ ਖੜਾ ਹੀ ਲਿਆ, ਉਹ ਖਾਸੀ ਦੂਰ ਜਾ ਚੁੱਕੇ ਸਨ, ਪਰ ਹਾਕਮ ਸਿੰਘ ਨੂੰ ਤੀਵੀਂ ਦਾ ਖਿੜਿਆ ਚਿਹਰਾ ਸਾਫ਼ ਦਿਸ ਰਿਹਾ ਸੀ। ਹਾਕਮ ਸਿੰਘ ਨੇ ਨੀਵੀਂ ਪਾ ਲਈ ਜਦੋਂ ਉਹਨੇ ਦੇਖਿਆ ਕਿ ਉਹ ਦੂਜੇ ਹੱਥ ਨਾਲ ਮੁੰਡੇ ਦੀ ਪਿੱਠ ਉੱਤੇ ਥਾਪੀ ਦੇ ਰਹੀ ਸੀ। ਦੋਸਤੋ, ਇਹ ਸੀ ਕਹਾਣੀ ਸਾਈਕਲ ਦੌੜ। ਅਗਲੀ ਕਹਾਣੀ ਨਾਲ ਫਿਰ ਮਿਲਦੇ ਹਾਂ।